ਸੁਣ ਸਾਰੇ ਗੁਰਬਾ
नानक कागद
ਰਖਮਣਾ ਪੜ ਪੜ ਕੀ ਨਾਨਕ ਕਾਗਦ ਲਖਮਣਾ ਸਾਤ ਸੁੰਦੇ ਮਸਕਰ ਕਲਮ ਕਰੋ ਬਨ ਰਾਏ ਸਤਾਂ ਸਮੁੰਦਰਾਂ ਦੀ ਸਿਆਹੀ ਬਣਾ ਲੈ ਬਣ ਜਾ ਜਿੰਨੀ ਬਨਸਪਤੀ ਹੈ ਸਾਰੀ ਬਨਸਪਤੀ ਦੀਆਂ ਟਾਹਣੀਆਂ ਲੱਕੜਾਂ ਕਲਮਾਂ ਬਣ ਜਾਣ ਜਿੰਨੀ ਧਰਤੀ ਹੈ ਸਾਰੀ ਕਾਗਜ਼ ਬਣ ਜਾਏ ਤੇ ਉਹਦੇ ਉੱਤੇ ਤੇਰੇ ਗੁਣ ਲਿਖਣੇ ਸ਼ੁਰੂ ਕਰਾਂ ਕਲਮਾਂ ਕਸ ਜਾਣ ਸੱਤਾਂ ਸਮੁੰਦਰਾਂ ਦੀ ਸਿਆਹੀ ਮੁੱਕ ਜਾਏ ਸਾਰੀ ਧਰਤੀ ਤੇਰੇ ਗੁਣ ਲਿਖ ਲਿਖ ਕੇ ਖਤਮ ਹੋ ਜਾਏ ਭਰੀ ਜਾਏ ਗੁਣ ਮੁੱਕ ਜਾਣਗੇ ਫੈਸਲਾ ਬਣਦਾ ਹੈ ਸਾਤ ਸਮੁੰਦੇ ਮਸ ਕਰੋ ਕਲਮ ਕਰੋ ਬਨ ਰਾਸੁਦਾ ਕਾਗਦ ਜੋ ਕਰੋ ਬਸੁਦਾ ਕਾਗਦ ਜੋ ਕਰੋ ਹਰ ਜਸ ਲਿਖਣ ਨਾ ਜਾਏ ਤੇਰੀ ਕੀਮਤ ਨਾ ਪਵੇ ਨਾਨਕ ਕਾਗਦ ਲਖਮਣਾ ਪੜ ਪੜ ਕੀ ਚਹਿਵਾ ਮਸੂ ਟੋਟ ਨਾ ਆਵੇ ਲੇਖਣ ਪੌਣ ਚਲਾ ਵੀ ਤੇਰੀ ਕੀਮਤ ਨਾ ਤੇਰੇ ਗੁਣ ਬੋਤੇ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਕਿ ਜਿੱਥੋਂ ਤੱਕ ਮੇਰੀ ਨਿਗਾਹ ਦੀ ਪਹੁੰਚ ਹੈ ਮੈਂ ਉੱਥੋਂ ਤੱਕ ਤੇਰੇ ਕਿਆਫੇ ਲਗਾਏ ਨੇ ਉੱਥੋਂ ਤੱਕ ਮੇਰੀ ਨਿਗਾਹ ਦੀ ਜਿੱਥੋਂ ਤੱਕ ਪਹੁੰਚ ਹੈ ਕਹਿਣ ਲੱਗੇ ਵਿਦਿਆ ਆਖਰ ਕਿਸੇ ਦੀ ਜਾਣਕਾਰੀ ਨਹੀਂ ਹੁੰਦੀ ਇਹਨਾਂ ਸਬਜੈਕਟ ਵਿਦਿਆ ਦੇ ਵੱਖਰੇ ਵੱਖਰੇ
ਵਿੱਦਿਆ ਕਈ ਤਰ੍ਹਾਂ ਦੀ, ਹਰ ਵਿੱਦਿਆ ਦਾ ਆਪਣਾ ਸਬਜੈਕਟ ਹੈ। ਪਰ ਹੇ ਮਾਰੇ ਮਾਲਕ, ਜੇ ਕੋਈ ਇਸ ਖਿਆਲੋਂ ਵਿੱਦਿਆ ਪੜ੍ਹੇ ਜਿਹਨੂੰ ਬ੍ਰਹਮ ਵਿੱਦਿਆ ਆਖਦੇ ਨੇ, ਤੇ ਉਹਦੇ ਵਿੱਚੋਂ ਤੈਨੂੰ ਜਾਣਨਾ ਚਾਹੇ ਉਸ ਵਿੱਦਿਆ ਵਿੱਚੋਂ, ਤਾਂ ਮੈਂ ਸੋਚੀ ਪੈ ਜਾਂਦਾ ਵਿੱਦਿਆ ਕੋਟ ਸਭੈ ਗੁਣ ਕਹੇ, ਕਰੋੜਾਂ ਵਿੱਦਿਆ ਇਕੱਠੀਆਂ ਹੋ ਜਾਣ ਤੇ ਕਰੋੜਾਂ ਵਿੱਦਿਆ ਪੜ੍ਹਨ ਵਾਲੇ ਵਿਦਵਾਨ ਇਕੱਠੇ ਹੋ ਜਾਣ, ਤੇਰੇ ਗੁਣ ਕਹਿਣੇ ਸ਼ੁਰੂ ਕਰਨ। ਦੇਖੋ ਬਾਬਾ ਕਬੀਰ ਜੀ ਦਾ ਸ਼ਬਦ ਦਾ ਇਹ ਸਬਜੈਕਟ ਵੈਸੇ ਤਾਂ ਲਗਾਤਾਰ 2 ਮਹੀਨੇ ਤੋਂ ਚੱਲ ਰਿਹਾ, ਕਿਉਂਕਿ ਇਸ ਤੋਂ ਪਿਛਲੀ ਅਸ਼ਟਪਦੀ ਵੀ ਇਸੇ ਸਬਜੈਕਟ ਨਾਲ ਸੰਬੰਧਿਤ ਸੀ। ਪਰ ਇਹ ਅਸ਼ਟਪਦੀ ਜਿਹੜੀ ਹੈ, ਇਹਦੇ 'ਚ ਤਾਂ ਬਹੁਤ ਹੀ ਬਾਬਾ ਕਬੀਰ ਜੀ ਨੇ ਖੁੱਲ੍ਹਾ ਖੁਲਾਸਾ ਕਰ ਦਿੱਤਾ। ਇਹਨੂੰ ਵੀ ਆਪਾਂ 4 ਹਫ਼ਤਿਆਂ ਵਿੱਚ ਖਤਮ ਕੀਤਾ। ਸਮਾਵਾਦ ਚੌਥਾ ਹੁੰਦਾ ਹੈ ਇਸ ਅਸ਼ਟਪਦੀ ਨੂੰ, 4 ਹਫ਼ਤਿਆਂ ਵਿੱਚ ਵੰਡਿਆ ਗਿਆ। ਕਹਿੰਦੇ ਨੇ ਮਾਲਕ, ਤੇਰੇ ਮੁਕਾਬਲੇ ਤੇ ਬੜੇ ਹੀ ਸੰਸਾਰ ਦੇ ਪੂਜਾ ਦੇ ਸਾਧਨ, ਸਮਾਨ, ਸਥਾਨ ਮੌਜੂਦ ਰਹੇ, ਸਾਰੇ ਤੇਰੇ ਪੁਜਾਰੀ ਨੇ, ਗੱਲ ਤੇਰੀ ਕਰਦੇ ਨੇ, ਤੇਰਾ ਨਾਮ ਕਿਸੇ ਹੋਰ ਨੂੰ ਦਿੰਦੇ ਨੇ। ਪਿਛਲੇ ਦਿਨਾਂ 'ਚ ਵੀ ਗੁਰਬਾਣੀ ਦੀ ਇੱਕ ਲਾਈਨ ਆਈ ਸੀ ਕਿ ਹੇ ਮੇਰੇ ਮਾਲਕ, ਮੈਂ ਦੇਖਣਾ ਚਾਹੁੰਦਾ ਤੈਨੂੰ, ਪਰ ਕਿਉਂਕਿ ਤੂੰ ਦਿਸਦਾ ਨਹੀਂ, ਜਦੋਂ ਮੈਨੂੰ ਪਤਾ ਲੱਗਦਾ ਹੈ ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ, ਦੇਖਣਾ ਤੈਨੂੰ ਚਾਹ, ਤੇ ਤੂੰ ਇਹੋ ਜਿਹਾ ਜਿਹੜਾ ਦਿਸਦਾ ਨਹੀਂ, ਤੇ ਫਿਰ ਮੈਨੂੰ ਮਜਬੂਰੀ ਹੈ, ਮੈਂ ਦਿਸਣ ਵਾਲੀਆਂ ਚੀਜ਼ਾਂ ਵੱਖਰੀਆਂ ਵੱਖਰੀਆਂ ਨੂੰ ਆਪਣਾ ਭਗਵਾਨ ਨਾਮ ਤੇਰਾ ਹੀ ਦੇ ਲੈਣਾ, ਨਾਮ ਤੇਰਾ ਹੀ ਦੇ ਲੈਣਾ, ਸਾਰਿਆਂ ਨੂੰ ਭਗਵਾਨ ਆਖੀ ਜਾਣਾ। ਮਨ ਦਾ ਖਿਆਲ ਹੁੰਦਾ ਕਬ ਦੇਖੋ ਪ੍ਰਭਾਪਣਾ ਆਤਮ ਕੇ ਰੰਗ, ਦੇਖਣਾ ਤੈਨੂੰ ਚਾਹਣਾ, ਪਰ ਤੈਨੂੰ ਦੇਖਣ ਤੋਂ ਮੇਰੀਆਂ ਨਿਗਾਹ ਦੀ ਪਹੁੰਚ ਅਸਮਰੱਥ ਹੈ, ਸਮਰੱਥ ਨਹੀਂ, ਮੇਰੀ ਪਹੁੰਚ ਤੋਂ ਤੂੰ ਬਾਹਰ। ਅਖੀਰ ਨੂੰ ਜਿਹੜੀ ਚੀਜ਼ ਮੇਰੀ ਪਹੁੰਚ ਵਿੱਚ ਆਉਂਦੀ ਹੈ, ਮੈਂ ਉਸ ਨੂੰ ਤੇਰਾ ਨਾਮ ਦੇ ਕੇ ਸੰਤੁਸ਼ਟ ਹੋ ਜਾਣਾ। ਜਿਹੜੀ ਕਿਰਿਆ ਤੇਰੇ ਨਾਮ ਨਾਲ ਸੰਬੰਧਿਤ ਹੈ, ਮੈਂ ਉਹ ਹੀ ਉਹਨਾਂ ਨਾਵਾਂ ਨਾਲ ਸੰਬੰਧਿਤ ਕਰ ਲੈਣਾ। ਤੈਨੂੰ ਪ੍ਰਸੰਨ ਕਰਨ ਲਈ ਕੋਈ ਯੱਗ ਕਰਦਾ,
ਆਰੰਭ ਕੀਤਾ ਨਾ। ਤੈਨੂੰ ਪ੍ਰਸੰਨ ਜਿਹੜੇ ਧਾਰਮਿਕ ਧਰਮ ਦੇ ਖੇਤਰ ਵਿੱਚ ਜੱਗ ਨੇ ਇੱਕ ਤਰ੍ਹਾਂ ਦੇ ਨਹੀਂ, ਅਨੇਕ ਧਰਮ ਨੇ ਜੱਗ ਕਰਦੇ। ਔਰ ਜੱਗ ਦਾ ਮੁੱਖ ਕਰਤੱਵ ਤੇ ਹੁੰਦਾ ਹੈ ਰੋਟੀ ਖਵਾਉਣੀ, ਲੰਗਰ ਲਗਾਉਣਾ, ਕਿਹੜੀ ਚੀਜ਼ ਦਾ ਕਿਵੇਂ ਬਣੇ ਉਹ ਇੱਕ ਵੱਖਰਾ ਵਿਸ਼ਾ ਹੈ। ਵੱਖਰੇ ਵੱਖਰੇ ਵਿਸ਼ੇ ਨੇ, ਪਰ ਯੱਗ ਦਾ ਮੁੱਖ ਕਾਰਨ ਜਿਹੜਾ ਕਿਰਿਆ ਉਹ ਹੈ ਲੰਗਰ ਲਾਉਣਾ। ਪੁਰਾਣੇ ਸਮੇਂ ਅੰਦਰ ਜਿਹੜੇ ਯੱਗ ਹੁੰਦੇ ਸਨ ਉਹਨੇ ਵਿੱਚ ਸਪੈਸ਼ਲੀ ਬ੍ਰਾਹਮਣ ਨੂੰ ਭੋਜਨ ਦਿੱਤਾ ਜਾਂਦਾ ਸੀ, ਬ੍ਰਾਹਮਣ ਨੂੰ ਭੋਜਨ ਦਿੱਤਾ ਜਾਂਦਾ ਯੱਗ ਦਾ ਕੇਂਦਰ ਬਿੰਦੂ ਸੀ। ਪਰ ਯੱਗ ਇਸ ਕਹਿੰਦੇ ਨੇ ਨਹੀਂ ਮੇਰੇ ਰੱਬ, ਕੋਈ ਆਪਣੇ ਇਲਾਕੇ ਦੇ ਕੋਈ ਦੂਰ ਦੁਰਾਡੇ ਦੇ ਬਹੁਤ ਸਾਰੇ ਬ੍ਰਾਹਮਣ ਇਕੱਠੇ ਕਰ ਲਏਗਾ ਜਾਂ ਇਸ ਤੋਂ ਅੱਗੇ ਵਧੇਗਾ, ਗਰੀਬ ਗੁਰਬਾਂ ਇਕੱਤਰ ਕਰ ਲੈਣੇ। ਨਹੀਂ ਤਾਂ ਯੱਗਾਂ ਵਿੱਚ ਨੀਵੀਂ ਜਾਤ ਨੂੰ ਨਹੀਂ ਸਨ ਵੜਨ, ਜਾਤੀ ਵੰਡ ਇੰਨੀ ਸੀ ਕਿ ਨੀਵੀਂ ਜਾਤ ਨੂੰ ਨਹੀਂ ਸਨ ਵੜਨ ਦਿੰਦੇ। ਪਰ ਚਲੋ ਕਰ ਲਏਗਾ, ਕਿੰਨੇ ਕੁ ਕਰੇਗਾ, ਆਖੇਗਾ ਮੈਂ ਯੱਗ ਕੀਤਾ। ਪਰ ਹੇ ਮੇਰੇ ਮਾਲਕ, ਜਦੋਂ ਮੈਂ ਤੇਰੇ ਵੱਲ ਦੇਖਣਾ ਤੇ ਹੈਰਾਨ ਹੋਣਾ। ਗੁਰੂ ਬਾਣੀ ਵਿੱਚ ਇੱਕ ਲਫ਼ਜ਼ ਕਹਿੰਦੇ ਨੇ, ਹੱਕਾ ਹੱਕਾ ਤੋਂ ਬਾਹਰ ਹੈ ਰੱਬ ਹੇ ਪ੍ਰਭੂ, ਪਰਵਿਸ਼ ਕਰਨ ਵਾਲਾ, ਸੰਭਾਲ ਕਰਨ ਵਾਲਾ। ਆਪਾਂ ਆਮ ਪ੍ਰਚਲਿਤ ਸ਼ਬਦ ਪੜ੍ਹਨੇ ਆ, ਤੇਰੇ ਮਾਲਕ ਤੇਰੇ ਦਰ ਤੇ ਤਾਂ ਪਹਾੜਾਂ ਦੀਆਂ ਕੰਦਰਾਂ ਵਿੱਚ ਰਹਿਣ ਵਾਲੇ ਜਾਨਵਰ ਵੀ ਤੂੰ ਉਹਨਾਂ ਨੂੰ ਰੋਟੀ ਦੇ ਰਹੀ ਹੈ। ਤੇਰਾ ਵੱਡਾ ਇੰਨਾ ਵੱਡਾ ਜੱਗ, ਇੰਨਾ ਵੱਡਾ ਜੱਗ ਸੰਸਾਰ ਦਾ ਕੋਈ ਬਾਦਸ਼ਾਹ ਨਹੀਂ ਕਰ ਸਕਦਾ। ਕੋਈ ਦੇਵੀ ਦੇਵਤੇ ਸਿਸ਼ਟੀਆਂ ਪੜ੍ਹ ਕੇ ਦੇਖ ਲਓ, ਜੱਗ ਕੀਤੇ ਨੇ ਲੋਕ ਜੱਗ ਕੀਤੇ। ਬਲਕਿ ਇੱਥੇ ਅੱਗੇ ਜਾ ਕੇ ਯੱਗ ਦੇ ਰਾਹੀਂ ਰੱਬ ਨੂੰ ਰਿਝਾਉਣ ਵਾਲੇ ਦਾ ਵੀ ਜ਼ਿਕਰ ਹੈਗਾ। ਪਰ 10-20-50 ਹਜ਼ਾਰ ਲੱਖ 2 ਲੱਖ ਦਾ ਇਕੱਠ ਕਰ ਲਿਆ, ਪਰ ਕਿਹੜੀ ਅਜੀਬ ਗੱਲ ਹੈ, ਤੂੰ ਅਣਗਿਣਤ ਸੰਸਾਰ ਸਾਜਿਆ, ਐਨੀ ਦੁਨੀਆ ਸਾਰਿਆਂ ਨੂੰ ਰੋਜ਼ੀ ਦੇ ਰਿਹਾ। ਪੱਥਰ ਦਾ ਕੀੜਾ ਪਾਖਾਇਆਂ ਨੂੰ ਕੀਟ ਗੁਪਤ ਹੋਏ ਰਹਿਤਾ ਚੋ ਮਾਰ ਗੰਨਾ ਉੱਥੇ ਤਾਂ ਰਸਤਾ ਭੂਤ ਵੀ ਰੋਕੀ ਪਾ ਰਿਹਾ।
ਪਿਓ ਜੀ ਤੂੰ ਵੀ ਦੇ ਰਹੇ। ਹਾਂਜੀ ਫਿਰ ਉੱਤੇ ਬੜੇ ਸੋਹਣੇ ਲਫ਼ਜ਼ ਕਿਸੇ ਨੇ ਪਾਏ। ਉਹ ਕਹਿਣ ਲੱਗੇ ਇੱਕ ਮਨੁੱਖ ਹੀ ਹੈ ਜਿਹੜਾ ਪੈਸਾ ਕਮਾਉਂਦਾ ਤੇ ਕਹਿੰਦਾ ਮੈਂ ਰੋਟੀ ਕਮਾਉਣ ਚਲੇ ਜਾਣਾ, ਰੋਟੀ ਕਮਾਉਣ ਚਲੇ। ਪਰ ਸੰਸਾਰ ਦੇ ਇੰਨੇ ਜੀਵ ਜੰਤੂ ਜਿਹੜੇ ਜੰਗਲਾਂ ਵਿੱਚ ਪਹਾੜਾਂ ਵਿੱਚ ਅਸਮਾਨ ਤੇ ਉਡਾਰੀਆਂ ਲਗਾਉਣ ਵਾਲੇ ਪੰਛੀ ਧਰਤੀ ਤੇ ਚੱਲਣ ਵਾਲੇ ਇੰਨੇ ਜੀਵ ਜੰਤ ਨੇ, ਉਹ ਤਾਂ ਕਿਤੇ ਰੋਟੀ ਕਮਾਉਣ ਦਾ ਪੈਸਾ ਕਮਾਉਣ ਨਾ ਉਹਨਾਂ ਦੇ ਬੈਂਕ ਬੈਲੈਂਸ ਨੇ, ਰੋਟੀ ਉਹ ਵੀ ਖਾਂਦੇ ਨੇ। ਉਹਨੇ ਇੱਕ ਬੜੇ ਸੋਹਣੇ ਲਫ਼ਜ਼ ਲਿਖੇ, ਉਹ ਕਹਿੰਦਾ ਉਹਨਾਂ ਵਿੱਚੋਂ ਕੋਈ ਭੁੱਖਾ ਮਰਦਾ ਨਹੀਂ ਵੇਖਿਆ, ਕਿਸੇ ਦੇ ਪੈਰ ਥੱਲੇ ਆ ਕੇ ਕੀੜੀ ਮਛਲੀ ਜਾਏ, ਕੋਈ ਰੋਗ ਨਾਲ ਕੋਈ ਜਾਨਵਰ ਬਿਮਾਰ ਹੋ ਕੇ ਮਰ ਜਾਏ, ਜਾਨਵਰ ਇਹ ਨਹੀਂ ਵੇਖੋਗੇ ਕਿ ਭੁੱਖਾ ਮਰ ਜਾਏ। ਕਹਿੰਦਾ ਕੋਈ ਨਾ ਰੋਟੀ ਕਮਾਉਣ ਵਾਲਾ ਭੁੱਖਾ ਮਰਦਾ ਨਹੀਂ ਵੇਖਿਆ, ਮਨੁੱਖ ਜਿਹੜਾ ਦਿਨੇ ਰਾਤ ਰੋਟੀ ਕਮਾਉਣ 'ਚ ਲੱਗਾ ਹੋਇਆ ਜਦੋਂ ਭੁੱਖਾ ਮਰਦਾ ਮਨੁੱਖ ਹੀ ਮਰਦਾ। ਮਾਲਕ ਨਹੀਂ ਜਾਂਦਾ ਇਹਨੂੰ, ਕਿਉਂਕਿ ਰੱਬ ਤੇ ਭਰੋਸਾ ਨੇ ਫਰਕ ਇੰਨਾ, ਉਹਨਾਂ ਨੂੰ ਭਰੋਸਾ ਇਹਨੂੰ ਭਰੋਸਾ, ਇਸ ਲਈ ਕਮਾਉਂਦੇ ਆ, ਜੋੜਦੇ ਆ, ਬੈਂਕ ਬੈਲੈਂਸ ਬਣਾਉਂਦੇ ਆ, ਫਿਰ ਵੀ ਭੁੱਖਾ ਰਹਿ ਜਾਂਦਾ ਹੈ। ਉਹ ਨਹੀਂ ਕਹਿੰਦੇ ਕਿਉਂਕਿ ਉਹਨਾਂ ਦਾ ਪਰਵਤਕਾਰ ਮਾਲਕ ਹੈ, ਉਹ ਜੱਗ ਲਾਇਆ ਹੋਇਆ ਉਹਨੇ ਆਪਣੇ ਦਰਬਾਰ ਵਿੱਚ। ਰੱਬ ਦੇ ਦਰਗਾਹ ਦਾ ਜੱਗ ਐਸਾ ਜਿੱਥੇ ਹਰ ਜੀਵ ਖਾ ਰਿਹਾ, ਏਡਾ ਵੱਡਾ ਜੱਗ ਹੋਰ ਕੋਈ ਨਹੀਂ ਲਾ ਸਕਦਾ। ਇੱਥੇ ਹੁਣ ਗੱਲ ਕੀਤੀ ਮੈਂ ਬਾਬਾ ਕਬੀਰ ਜੀ ਨੇ, ਕਿਸੇ ਬਾਦਸ਼ਾਹ ਦੇ ਦਰਵਾਜ਼ੇ ਤੇ ਉਹਦੀਆਂ ਸਿਫਤਾਂ ਕਰਨ ਵਾਲੇ ਦੋ ਚਾਰ ਦਸ ਵੀ ਗੰਧਰਵ ਹੋਣਗੇ, ਗਾਇਕ ਹੋਣਗੇ, ਕਮਿਸ਼ਨ ਹੋਣਗੇ। ਪਰ ਕਹਿਣ ਲੱਗੇ ਜਦੋਂ ਮੈਂ ਤੇਰਾ ਦਰਬਾਰ ਵੇਖਣਾ, ਬਲਕਿ ਜਦੋਂ ਕਿਸੇ ਕੋਲ ਸੁਣਨ ਦੀ ਸ਼ਕਤੀ ਆ ਜਾਏ ਉਹਨੂੰ ਤੇ ਇਹ ਮਹਿਸੂਸ ਹੋਣਾ, ਗੁਰੂ ਨਾਨਕ ਜੀ ਆਖਿਆ ਨਾ ਕਹਿਣ ਲੱਗੇ ਹਰ ਹੱਟ ਵੀ ਤੂੰ ਤੂੰ ਕਰ, ਕਹਿਣ ਲੱਗੇ ਜਦੋਂ ਹਲਟ ਚੱਲਦਾ ਨਾ ਉਹਦੇ ਵਿੱਚੋਂ ਆਵਾਜ਼ ਆਉਂਦੀ ਹੈ, ਮੈਂ ਤੇ ਉਹ ਆਵਾਜ਼ ਵੀ ਸੁਣਨਾ ਤੇ ਮੈਨੂੰ ਇਉਂ ਲੱਗਦਾ ਜਿਵੇਂ ਤੈਨੂੰ ਵੀ ਗਾਉਂਦੀ ਹੈ। ਸਾਹਿਬ ਸਦਾ ਦੂਰ ਹੈ ਕਿਆ ਉੱਚੀ ਕਰੇ ਪੁਕਾਰ, ਤੈਨੂੰ ਇਹ ਆਵਾਜ਼ ਦੇਣ ਦੀ ਲੋੜ ਵੀ ਕਿਉਂ ਪੈ ਰਹੀ ਹੈ, ਤੈਨੂੰ ਪਤਾ ਨਹੀਂ ਰੱਬ ਤੇ ਇੰਨਾ ਦੂਰ ਹੈ ਹੀ ਨਹੀਂ ਜਿਹਨੂੰ ਆਵਾਜ਼ ਦੇਣੀ ਪੈ। ਕਰੇ ਜੈਕਾਰ ਸਾਰੇ ਤੇਰੀਆਂ ਜੈਕਾਰਾਂ ਕਰਨ, ਵਿਦਿਆ ਕੋਟ ਸਭ ਹੈ ਹੁਣ ਕਹੇ
ਕਰੋੜਾਂ ਹੀ ਵਿਦਿਆ ਤੇ ਵਿਦਵਾਨ ਜਿਹੜੇ ਨੇ ਭਾਵੇਂ ਲਿਖ ਕੇ ਭਾਵੇਂ ਕਹਿ ਕੇ ਤੇਰੇ ਦਰਬਾਰ ਵਿੱਚ ਸਿਫਤਾਂ ਕਰਨ ਵਾਲੇ ਹੋਣ, ਉਹ ਤੇਰੀਆਂ ਹੀ ਸਿਫਤਾਂ ਕਰ ਰਹੇ ਨੇ। ਭਾਵੇਂ ਕਿਸੇ ਦੇਸ਼, ਕਿਸੇ ਵਤਨ, ਕਿਸੇ ਵੀ ਕੌਮ ਨਾਲ, ਕਿਸੇ ਵੀ ਧਰਮ ਵਿਸ਼ਵਾਸ ਨਾਲ ਸੰਬੰਧ ਰੱਖਣ ਵਾਲੇ ਕੋਈ ਵੀ ਗ੍ਰੰਥ ਨੇ, ਵਿਦਵਾਨ ਨੇ, ਗੱਲ ਤੇ ਉਹ ਰੱਬ ਦੀ ਕਰਦੇ ਨੇ, ਭਾਵੇਂ ਨਾਂ ਵੱਖਰਾ ਵੱਖਰਾ ਲੈਂਦੇ ਨੇ। ਕੋਈ ਉਹਨੂੰ ਆਰਾਮ ਕਹਿ ਕੇ, ਕੋਈ ਅੱਲਾ ਕਹਿ ਕੇ, ਕੋਈ ਵਾਹਿਗੁਰੂ ਕਹਿ ਕੇ, ਕੋਈ ਈਸ਼ਵਰ ਕਹਿ ਕੇ ਕਹਿ ਲੈਣੇ, ਪਰ ਗੱਲ ਤੇ ਉਸੇ ਦੀ ਹੈ। ਕਹਿਣ ਲੱਗੇ, ਮੈਨੂੰ ਇਹ ਦਿਸਦਾ ਸਾਰੇ ਗੁਣ ਤੇਰੇ ਗਾ ਰਹੇ ਨੇ, ਪਰ ਕੀ ਕਾਰਨ ਹੈ? ਜਿਹੜੇ ਇੰਨੇ ਵਿਦਿਆ ਵਿਦਵਾਨ ਬਣ ਕੇ ਤੇਰੇ ਗੁਣ ਗਾਉਣ ਵਾਲੇ ਨੇ, ਉਹਨਾਂ ਕੋਲੋਂ ਇੱਕ ਵਿਸ਼ਵਾਸ ਨਾਲ ਪੁੱਛੇਗਾ ਕਿ ਤੁਸੀਂ ਰੱਬ ਨੂੰ ਦੇਖ ਲਿਆ, ਉਹਨੂੰ ਪਛਾਣਦੇ, ਉਹਨੂੰ ਜਾਣ ਲਿਆ? ਉਹ ਇਸੇ ਮਿਲਾ ਦੇਣਗੇ। ਕਹਿਣ ਲੱਗੇ, ਅੰਤ ਨਹੀਂ ਪਾ ਸਕਦੇ। ਹੁਣ ਅਗਲੇ ਪਾਸੇ ਉਹਨਾਂ ਅਵਤਾਰਾਂ ਦਾ ਜ਼ਿਕਰ ਕਰਦਾ, ਕਿਉਂਕਿ ਅਸੀਂ ਉਸ ਤੋਂ ਬਾਅਦ ਫਿਰ ਅਵਤਾਰਾਂ ਨੂੰ ਪੂਜਣੇ। ਆਮ ਮਨੁੱਖਤਾ ਤੇ ਅਵਤਾਰਾਂ ਦੀ ਪੂਜਾ ਹੈ। ਹੁਣ ਗੁਰੂ ਕਹਿੰਦੇ ਨੇ, ਇੱਕ ਗੱਲ ਸਮਝ ਲਿਓ, ਅਵਤਾਰ ਰੱਬ ਨਹੀਂ। ਕਿਤੇ ਅਵਤਾਰਾਂ ਨੂੰ ਪਾਰ ਬ੍ਰਹਮ ਭਗਵਾਨ ਦਾ ਨਾਮ ਨਾ ਦੇ ਲਿਓ। ਹੁਣ ਇੱਥੇ ਕਿਹੜਾ ਸਪਸ਼ਟ ਕੀਤਾ, ਸ਼ਕਤੀ ਜਿੰਨੀ ਮਿੱਥੀ ਸ਼ਕਤੀ ਲੈ ਕੇ ਆਉਂਦਾ ਹੈ। ਬਾਕੀ ਅਸੀਂ ਇੱਕ ਵਾਰ ਕੀਤੀ ਸੀ, ਰੋਜ਼ ਪੜ੍ਹਨੇ ਸੁਖਮਨੀ ਸਾਹਿਬ ਵਿੱਚ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ ਹੈ, ਕੋਈ ਬਾਤ ਪਸਰਿਓ ਪਸਾਰ, ਪਰ ਅੱਗੇ ਕੀ ਆਖਿਆ ਨੇ, ਸਦਾ ਸਦਾ ਇੱਕ ਇੱਕ ਅਵਤਾਰ। ਅਵਤਾਰ ਆਉਂਦੇ ਵੀ ਚਲੇ ਜਾਂਦੇ ਨੇ, ਰੱਬ ਨਾ ਆਉਂਦਾ ਨਾ ਜਾਂਦਾ, ਉਹ ਆਦਿ ਸੱਚ ਹੈ, ਜਵਾਦ ਸੱਚ ਹੈ, ਹੈ ਵੀ ਸੱਚ ਹੈ। ਇਸ ਲਈ ਉਹਦਾ ਮੁਕਾਬਲਾ ਤੁਸੀਂ ਅਵਤਾਰਾਂ ਨਾਲ ਕਿਵੇਂ ਕਰ ਸਕਦੇ ਹੋ? ਕਿਸੇ ਅਵਤਾਰ ਨੂੰ ਕਦੀ ਭਗਵਾਨ, ਪ੍ਰਭੂ, ਮਾਲਿਕ, ਪਾਰ ਬ੍ਰਹਮ ਨਾ ਸਮਝਿਓ। ਆਹ ਭੁਲੇਖਾ ਬਾਬਾ ਕਬੀਰ ਜੀ ਦੂਰ ਕਰ ਰਹੇ। ਹੁਣ ਇਹ ਭੁਲੇਖਾ ਆਮ ਕਰਕੇ ਸਾਡੇ ਵਿੱਚ ਹੈ, ਅਸੀਂ ਅਵਤਾਰਾਂ ਨੂੰ ਭਗਵਾਨ ਬਣ ਬੈਠੇ, ਉਹਦੇ ਵਿੱਚ ਹੀ ਬਾਵਨ ਰੂਪੀ ਹੈ ਜਿਹੜਾ ਬਣ ਰਾਜਾ ਹੰਕਾਰੀ ਸੀ, ਉਹਦਾ ਹੰਕਾਰ ਤੋੜਦਾ, ਉਹਦੇ ਵਿੱਚ ਹੀ ਰਾਮ ਹੈ ਜਿਹੜਾ ਰਾਵਣ ਹੰਕਾਰੀ ਸੀ, ਉਹਦਾ ਹੰਕਾਰ ਤੋੜਦਾ, ਇਹਦੇ ਵਿੱਚ ਹੀ ਕ੍ਰਿਸ਼ਨ ਹੈ ਜਿਹੜਾ ਦੁਰਯੋਧਨ ਹੰਕਾਰੀ ਸੀ, ਉਹਦਾ ਹੰਕਾਰ ਤੋੜਦਾ। ਉਹ ਅਹੰਕਾਰ ਤੋੜਨ ਲਈ ਕੋਈ ਸ਼ਕਤੀ ਦੀ ਗਿਣਤੀ ਦੀ ਸ਼ਕਤੀ ਲੈ ਕੇ ਆਵੇ, ਅਹੰਕਾਰ ਤੋੜੇ, ਅਵਤਾਰ ਤਾਂ ਮੰਨਿਆ ਜਾ ਸਕਦਾ ਪਰ ਉਹਨੂੰ ਭਗਵਾਨ ਨਹੀਂ ਮੰਨਿਆ ਜਾ ਸਕਦਾ। ਆਹ ਸੂਖਸ਼ਮ ਭੇਦ ਬਾਬਾ ਕਬੀਰ ਜੀ ਅੱਜ ਸਪਸ਼ਟ ਕਰਦੇ ਨੇ। ਕਹਿੰਦੇ ਨੇ, ਬਾਵਨ ਕੋਟੇ, ਬਾਵਨ ਤੋਂ ਭਾਵ ਹੈ ਬਵੰਜਾ, ਇਹ ਪੁਰਾਤਨ ਮਿਥਾਸਿਕ ਕਹਾਣੀ ਹੈ। ਬਲ ਰਾਜਾ ਘਰ ਆਪਣੇ ਅੰਦਰ ਬੈਠਾ ਜੱਗ ਕਰਾਵੇ, ਉਹਨੂੰ ਇਹ ਹੰਕਾਰ ਸੀ, ਮੇਰੇ ਦਰ ਤੋਂ ਕਦੀ ਕੋਈ ਖਾਲੀ ਨਹੀਂ ਗਿਆ, ਮੈਂ ਯੱਗ ਕਰ ਲਿਆ। ਬਾਵਨ ਰੂਪੀ ਆਇਆ,
ਉਹਦਾ ਹੰਕਾਰ ਤੋੜਨ ਲਈ ਅਵਤਾਰ ਧਾਰਨ ਕੀਤਾ। ਕੇਵਲ 52 ਉਂਗਲਾਂ ਦੀ ਆਕਾਰ ਦਾ ਛੋਟਾ ਜਿਹਾ ਬ੍ਰਾਹਮਣ ਬਣ ਕੇ ਆ ਗਿਆ। ਹੁਣ 52 ਉਂਗਲਾਂ ਕਿੰਨੀਆਂ? ਆ ਕੇ ਦਰਵਾਜ਼ੇ ਤੇ ਚਾਰ ਵੇਦਾਂ ਦਾ ਪਾਠ ਕੀਤਾ ਉਸ ਭਾਈ ਗੁਰਦਾਸ ਨੇ ਵੀ ਕਰਦਾ। ਇਸ ਮਿਥਾਸ ਦੀ ਗੱਲ ਕਰਕੇ ਚਤੁਰਵੇਦ ਨੂੰ ਪਾਠ ਸੁਣਾਉਂਦਾ, ਚਾਰੇ ਵੇਦਾਂ ਦਾ ਪਾਠ, ਬੜਾ ਖੁਸ਼ ਹੋਇਆ। ਬੜਾ ਇੰਨਾ ਵਿਦਵਾਨ ਬ੍ਰਾਹਮਣ, ਇੰਨੀ ਛੋਟੀ ਅਵਸਥਾ ਸਰੀਰ। ਕਹਿਣ ਲੱਗਾ, ਬ੍ਰਾਹਮਣ ਮੰਗ ਕੀ ਮੰਗਣਾ? ਉਹਨੇ ਆਖਿਆ, ਮੈਂ ਗਰੀਬ ਬ੍ਰਾਹਮਣ ਨੂੰ ਕੀ ਲੋੜ ਹੈ, ਤਾਂ ਆਪਣੇ ਦਰਵਾਜ਼ੇ 'ਤੇ 2.5 ਕਦਮ ਧਰਤੀ ਦੇ ਦੇ, ਇੱਥੇ ਬੈਠਾ ਰਹਾਂ। ਚਲੋ ਖੈਰ, ਮੈਂ ਤਾਂ ਇਤਿਹਾਸਿਕ ਵਿਸਥਾਰ ਵਿੱਚ ਨਾ ਜਾਵਾਂ, ਸਮਝ ਲਈ। ਕਹਿੰਦੇ ਨੇ ਉਹਨੂੰ ਛੜਿਆ ਬਵਣ ਰੂਪੀ ਵਿੱਚ, ਅਵਤਾਰ ਧਾਰਿਆ, ਪਰ ਉਹ ਅਵਤਾਰ ਗਿਣੇ ਮਿੱਥੇ ਇੱਕ ਕਾਜ ਨਹੀਂ ਚਲਾ ਗਿਆ। ਕੀ ਰੱਬ ਕੋਈ ਇੱਕ ਕਾਜ ਨਹੀਂ ਹੁੰਦੇ ਤੇ ਕਾਜ ਮੁੱਕਦੇ ਹੀ ਨਹੀਂ? ਬਾਣੀ ਚੱਕ ਲਿਆ, ਸੋ ਕਰਤਾ ਚਿੰਤਾ ਕਰੇ, ਜਿਹਨੂੰ ਪਾਇਆ ਜੱਗ, ਉਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਸ੍ਰਿਸ਼ਟੀ ਦੇ ਹਰ ਜੀਵ ਨੂੰ ਸੰਭਾਲ ਰਿਹਾ, ਹਰ ਇੱਕ ਦਾ ਫਿਕਰ ਕਰ ਰਿਹਾ। ਉਹ ਕਦੋਂ ਜਾਏਗਾ ਤੇ ਕਿੱਥੇ ਜਾਏਗਾ? ਹੁਣ ਤਾਂ ਇੱਕ ਪਲ ਵੀ ਵਿਹਲ ਨਹੀਂ। ਬਾਵਣ ਦੀ ਕਹਾਣੀ ਆ ਕੇ ਕਹਿਣ ਲੱਗੇ, ਉਹਦੇ ਤਾਂ ਮਨ ਨੂੰ ਰੋਮਾਂ ਵਿੱਚ ਇੱਕ ਇੱਕ ਰੋਮ ਵਿੱਚ 52 ਰੂਪੀ ਅਵਤਾਰਾਂ ਨੇ ਇੱਕੋ ਬੈਠੇ, ਕੋਈ ਫਰਕ ਨਹੀਂ ਪੈਂਦਾ। ਕਹਿਣ ਲੱਗੇ, ਰਾਮ ਆਇਆ, ਰਾਵਣ ਦਾ ਹੰਕਾਰ ਖਤਮ ਕੀਤਾ, ਮੰਨਿਆ, ਪਰ ਇੱਕ ਕਾਸ ਰਾਵਣ ਦਾ ਹੰਕਾਰ ਖਤਮ ਕੀਤਾ। ਤ੍ਰੇਤੇ ਵਿੱਚ ਆਇਆ, ਦੁਆਪਰ ਵਿੱਚ ਹੋਇਆ, ਉਹ ਹੱਸੇਗਾ ਵੀ ਇਹਨੂੰ ਪਤਾ ਹੀ ਨਹੀਂ ਦੁਆਪਰ ਹੀ ਤਾਂ ਕ੍ਰਿਸ਼ਨ ਹੋਇਆ। ਇਹਦਾ ਮਤਲਬ ਇੱਕ ਯੁੱਗ ਦਾ ਨਿਸ਼ਚਿਤ ਸਮਾਂ ਰਾਮ ਦਾ, ਉਹ ਆ ਸੱਚ ਯੁੱਗ ਆ ਸੱਚ ਨਹੀਂ। ਨਿਰੰਕਾਰ ਵਿੱਚ ਤੇ ਅਵਤਾਰ ਵਿੱਚ ਕੀ ਫਰਕ? ਇਸੇ ਲਈ ਰਾਮ ਨੂੰ ਅਵਤਾਰ ਹੀ ਤਾਂ ਮੰਨ ਲਿਆ, ਬਾਣੀ ਨੇ ਵੀ ਆਖ ਦਿੱਤਾ 10 ਅਵਤਾਰੀ ਰਾਮ ਰਾਜਾ ਆਇਆ, 10 ਅਵਤਾਰ ਵਿੱਚ। ਕਿਸ਼ਨ ਨੂੰ ਵੀ ਅਵਤਾਰੀ ਮੰਨ ਲਿਆ, ਕਿਸ਼ਨ ਸਦਾ ਅਵਤਾਰੀ ਰੂਦਾ, ਕਿਤ ਲੱਗ ਤਰੇ ਸੰਸਾਰ ਅਵਤਾਰੀ। ਅਵਤਾਰ ਆਉਂਦੇ ਨੇ ਚਲੇ ਜਾਂਦੇ, ਸ਼ਕਤੀ ਲਿਮਿਟਿਡ ਗਿਣਤੀ ਕਾਦ ਲਈ ਆਇਆ ਕਾਲ ਚਲਾ ਗਿਆ, ਪਰ ਨਿਰੰਕਾਰ ਗੁਰੂ ਨੇ ਸਾਨੂੰ ਉਸ ਨਿਰੰਕਾਰ ਦੇ ਲੜ ਲਾਇਆ ਜਿਹੜਾ ਆਉਂਦਾ ਜਾਂਦਾ ਨਹੀਂ ਹੈ, ਨਾ ਉਹ ਜੰਮਦਾ ਹੈ ਨਾ ਉਹ ਮਰਦਾ ਹੈ। ਜਿਹਨੇ ਜਨਮਣਾ ਹੈ ਉਹਨੇ ਮਰਨਾ ਵੀ, ਜਿਹਨੇ ਆਉਣਾ ਹੈ ਉਹਨੇ ਜਾਣਾ ਵੀ। ਹੁਣ ਅਸਲ ਸ਼ਕਤੀ ਦੇ ਲੜ ਲੱਗੇ ਹੋਏ ਮਨੁੱਖ ਨੂੰ ਜੇ ਇਹ ਵਿਸ਼ਵਾਸ ਨਾ ਹੋਵੇ ਕਿ ਮੈਂ ਕਿਹਦੇ ਲੜ ਲੱਗਾ, ਮੈਂ ਉਪਾਸ਼ਨਾ ਕਿਹਦੀ ਕਰ ਰਿਹਾ। ਹੁਣ ਬਾਬਾ ਕਬੀਰ ਜੀ ਇੱਥੇ ਤਾਂ ਸਾਡੇ ਨਾਲ ਇੱਕ ਸਾਥ ਲਿਆ ਕੇ ਬਹੁ ਫੜ ਕੇ ਕਿਤੇ ਪਹੁੰਚਾਉਣਾ ਚਾਹੁੰਦੇ। ਕਹਿੰਦੇ ਨੇ ਪੜ੍ਹਿਆ, ਕਿਸ਼ਨ ਨੇ ਦੁਰਯੋਧਨ ਦਾ ਮਥਿਆ ਮਾਣ, ਦੁਰਯੋਧਨ ਇੱਥੇ ਬਸ ਨਹੀਂ, ਹੁਣ ਐਡਾ ਵੱਡਾ ਗ੍ਰੰਥ ਮਹਾਭਾਰਤ ਬਣ ਗਿਆ, ਦੁਰਯੋਧਨ ਦਾ ਮਥਿਆ ਮਾਣ, ਐਨਾ ਵੱਡਾ ਗ੍ਰੰਥ ਰਾਮਾਇਣ ਬਣ ਗਿਆ, ਰਾਵਣ ਦਾ ਮਥਿਆ ਮਾਣ, ਕਹਿਣ ਲੱਗੇ ਮੈਂ ਦੇਖਣਾ
ਇਹੋ ਜਿਹੇ ਸਾਰੇ ਅਵਤਾਰ ਜਿਹੜੇ ਨੇ ਮੇਰੇ ਰੱਬ ਦੇ ਦਰ ਦੇ ਬਰਾਬਰ ਨਹੀਂ ਪੁੱਜ ਸਕਦੇ, ਕਿਉਂਕਿ ਉਹ ਇੱਕ ਇੱਕ ਦਾ ਮੱਥਿਆ ਮਾਣ ਲਈ ਨਹੀਂ ਹੁੰਦਾ, ਉਹ ਸਾਰੇ ਬ੍ਰਹਿਮੰਡ ਦਾ ਰਚਨਹਾਰ ਹੈ। ਕਹਿਣ ਲੱਗੇ ਮੈਂ ਤਾਂ ਜਦੋਂ ਉਹਦੀ ਸੁੰਦਰਤਾ ਵੱਲ ਵੇਖਣਾ ਤੇ ਹੈਰਾਨ ਹੋਣਾ। ਸੰਸਾਰ ਦੇ ਲੋਕੋ, ਕਾਮ ਰੂਪੀ ਸੁੰਦਰਤਾ ਲੈ ਕੇ ਜੇ ਕੋਈ ਆ ਜਾਏ ਉਹਨੂੰ ਰਿਝਾਉਣ ਲਈ ਉਹ ਨੇੜੇ ਨਹੀਂ ਬਹਿਣ ਦਿੰਦਾ, ਉਹ ਆਪ ਇੰਨਾ ਖੂਬਸੂਰਤ ਹੈ। ਇਸੇ ਲਈ ਗੁਰੂ ਕਹਿੰਦੇ ਵੇ ਮੇਰੇ ਸੁੰਦਰ ਕਹੋ ਮਿਲੇ ਕਿਤ ਗਈ। ਕਹਿਣ ਲੱਗੇ ਅੰਮ੍ਰਿਤਾ ਪ੍ਰਿਆ ਬਚਨ ਤੁਹਾਰੇ, ਅਤ ਸੁੰਦਰ ਮਨਮੋਹਨ ਪਿਆਰੇ। ਉਹ ਤਾਂ ਬਹੁਤ ਖੂਬਸੂਰਤ, ਇਹ ਗੱਲ ਵੱਖਰੀ ਹੈ। ਅਸੀਂ ਉਹਦੀ ਖੂਬਸੂਰਤੀ ਨੂੰ ਬੜੇ ਨੇੜੇ ਹੋ ਕੇ ਛੋਟੇ ਲਫ਼ਜ਼ਾਂ ਵਿੱਚ ਦੇਖਣਾ ਚਾਹੁੰਦੇ, ਇਹ ਗੱਲ ਸਾਡੇ ਵੱਸ ਦੀ ਨਹੀਂ। ਨਹੀਂ ਤਾਂ ਸਾਰਾ ਬ੍ਰਹਿਮੰਡ ਉਹਦੀ ਖੂਬਸੂਰਤੀ ਉਸਦੇ ਵੀ ਲਫ਼ਜ਼ ਆਏ ਸਨ ਕਿ ਗੁਰੂ ਨਾਨਕ ਨੇ ਬ੍ਰਾਹਮਣ ਨੂੰ ਕਿਉਂ ਆਖਿਆ, ਭਲਿਆ ਆ ਛੋਟੇ ਜਿਹੇ ਥਾਲ ਵਿੱਚ ਆਰਤੀ ਦੇ ਦੀਵੇ ਜਗਾ ਕੇ ਰੱਬ ਨੂੰ ਪ੍ਰਸੰਨ ਕਰਨਾ ਚਾਹੁੰਦਾ, ਆ ਦੇਖ ਕਿੰਨੀ ਵਰਤੀ ਵੱਡੀ ਆਰਤੀ ਪਈ ਹੁੰਦੀ ਹੈ। ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਬਰੋ ਕਰੇ, ਸਗਲ ਬਣ ਰਾਏ ਫੁੱਲ। ਐਡੀ ਖੂਬਸੂਰਤ ਸੁੰਦਰਤਾ ਗੱਲ ਵੱਖਰੀ ਹੈ। ਅੱਜ ਸਾਡੇ ਬੱਚਿਆਂ ਨੇ ਉਹ ਬ੍ਰਹਿਮੰਡ ਦੀ ਸੁੰਦਰਤਾ ਜਿਹੜੀ ਰੱਬ ਦੀ ਸੁੰਦਰਤਾ ਉਹਦੇ ਨਾਲ ਉਹ ਰਿਸ਼ਤਾ ਤੋੜ ਲਿਆ, ਸਾਡਾ ਹੀ ਟੁੱਟ ਗਿਆ। ਅਸੀਂ ਕੁਦਰਤ ਨਾਲ ਨਹੀਂ ਜੀਉਂਦੇ, ਗੁਰੂ ਆਖਿਰ ਅਸੀਂ ਕਰਤੇ ਕੁਦਰਤੀ ਮੁਸ਼ਤਾਕ ਹੈ ਮੇਰੇ ਕਰਤੇ, ਜਦੋਂ ਮੈਂ ਤੇਰੀ ਕੁਦਰਤ ਵੱਲ ਦੇਖਣਾ ਤੇ ਮੁਸ਼ਤਾਕ ਹੋ ਜਾਂਦਾ, ਹੈਰਾਨ ਹੋ ਜਾਂਦਾ, ਤੂੰ ਇੰਨਾ ਖੂਬਸੂਰਤ ਹੈ। ਜਿੱਥੇ ਤੂੰ ਫੁੱਲਾਂ ਵਿੱਚ ਖੁਸ਼ਬੂ ਬਣ ਕੇ ਬੈਠਾ ਹੈ, ਜਿੱਥੇ ਫੁੱਲਾਂ ਵਿੱਚ ਤੂੰ ਰੰਗ ਭਰ ਕੇ ਬੈਠਾ ਹੈ, ਉਹਦੇ ਵਿੱਚੋਂ ਮੈਂ ਤੈਨੂੰ ਦੇਖ ਰਿਹਾ। ਮੈਂ ਉਹ ਸੁੰਦਰਤਾ ਸੰਸਾਰ ਦੇ ਕਿਸੇ ਰੰਗ ਭਰਨ ਵਾਲੇ ਅਤੇ ਕਾਗਜ਼ ਦੇ ਫੁੱਲਾਂ ਦੀ ਖੂਬਸੂਰਤੀ ਬਣਾਉਣ ਵਾਲੇ ਕੋਲੋਂ ਨਹੀਂ ਲੈ ਸਕਦਾ। ਕਦੀ ਵਕਤ ਸੀ ਮੈਂ ਹੈਰਾਨ ਹੁੰਦਾ, ਅੱਜ ਸਾਡੀ ਸਾਰਿਆਂ ਦੀ ਜ਼ਿੰਦਗੀ ਐਸੀ ਹੋ ਗਈ, ਅਸੀਂ ਕੁਦਰਤ ਦੇ ਉਸ ਸੁੰਦਰਤਾ ਦੇ ਨਜ਼ਾਰੇ ਨਾਲ ਟੁੱਟ ਗਏ। ਬੰਦ ਕਮਰੇ ਵਿੱਚ ਜੀਵਨ ਕਦੀ ਬਣ, ਉੱਥੇ ਹੀ ਖਾਣਾ ਹੈ, ਉੱਥੇ ਹੀ ਪਹਿਨਣਾ, ਉੱਥੇ ਹੀ ਖਾਣਾ ਬਣਨਾ, ਉੱਥੇ ਹੀ ਸੋਣਾ ਹੈ। ਮੈਨੂੰ ਅਜੇ ਤੱਕ ਯਾਦ ਹੈ, ਕਈ ਵਾਰੀ ਕਹਿੰਦਾ ਹੁੰਦਾ ਕਿ ਜਦੋਂ ਰਾਤਾਂ ਪੈਂਦੀਆਂ ਸਨ ਕੋਠੇ ਦੀ ਛੱਤ ਤੇ ਮੰਜੇ ਡਾਹ ਕੇ ਬੱਚੇ ਤਾਰਿਆਂ ਨਾਲ ਖੇਡਦੇ ਸਨ। ਧਰਤੀ ਤੇ ਅਸਮਾਨ ਦੀ ਦੂਰੀ ਸਭ ਤੋਂ ਜ਼ਿਆਦਾ ਮੰਨੀ ਜਾਂਦੀ ਹੈ ਤੇ ਧਰਤੀ ਤੇ ਅਸਮਾਨ ਦੀ ਦੂਰੀ ਮਿਟ ਜਾਂਦੀ ਸੀ ਜਦੋਂ ਬੱਚੇ ਧਰਤੀ ਤੇ ਜਿਉਣ ਵਾਲੇ ਅਸਮਾਨ ਦੇ ਤਾਰਿਆਂ ਨਾਲ ਖੇਡਦੇ ਸਨ। ਅੱਜ ਸਾਡੇ ਬੱਚਿਆਂ ਨੇ ਅਸਮਾਨ ਦੇ ਤਾਰੇ ਵੇਖਣ ਦਾ ਸਮਾਂ ਵੀ ਨਹੀਂ ਆਉਣਾ, ਉਹਨਾਂ ਨੇ ਕਾਰਟੂਨਾਂ ਨਾਲ ਖੇਡਣਾ, ਉਹਨਾਂ ਨੇ ਖਿਡੌਣੇ। ਕੁਦਰਤ ਨਾਲੋਂ ਟੁੱਟਣਾ ਕਾਦਰ ਦੀ ਪਛਾਣ ਖਤਮ ਕਰਨਾ ਹੈ, ਪਰ ਜਿਹੜਾ ਕੁਦਰਤ ਦੇ ਨਜ਼ਾਰਿਆਂ ਵਿੱਚ ਰਹਿਣ ਦਾ ਆਦੀ ਹੋ ਜਾਏ ਨਾ, ਕਦੇ ਨੇੜਿਓਂ ਹੋ ਕੇ ਕੁਦਰਤ ਨੂੰ ਪਛਾਣ ਲਏ, ਉਹ ਕੁਦਰਤ ਦੇ ਵਿੱਚੋਂ ਰੱਬ ਦੇਖੇ, ਫਿਰ ਉਹ ਆਖਦਾ ਬਲਿਹਾਰੀ ਕੁਦਰਤ ਵਸਿਆ, ਤਾਂ ਉਹਦੀ ਜ਼ਬਾਨੋਂ ਨਿਕਲਦਾ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਤੂੰ ਤੇ ਇੰਨਾ ਖੂਬਸੂਰਤ ਹੈ, ਜਦੋਂ ਤੱਕ ਮੈਂ
ਮੈਂ ਤੇਰੀ ਕੁਦਰਤ ਨੂੰ ਪਛਾਣਿਆ, ਦੇਖਿਆ, ਮਾਣਿਆ ਨਹੀਂ ਸੀ। ਮੈਨੂੰ ਵੀ ਨਹੀਂ ਪਤਾ ਸੀ ਕਿ ਤੂੰ ਕਿਹੜਾ ਖੂਬਸੂਰਤ ਹੈ। ਹੁਣ ਮੈਨੂੰ ਪਤਾ ਲੱਗਾ ਕਿ ਉਹ ਖੂਬਸੂਰਤੀ ਜਿਹੜੀ ਹਰ ਹਿਰਦੇ ਦਾ ਹਰ ਮਨ ਨੂੰ ਮੋਹ ਸਕਦੀ ਹੈ, ਉਸ ਖੂਬਸੂਰਤੀ ਸੰਸਾਰ ਦੀ ਨੂੰ ਤੂੰ ਨੇੜੇ ਨਹੀਂ ਬਿਠਾਉਂਦਾ, ਕਿਉਂਕਿ ਤੂੰ ਆਪ ਉਦੋਂ ਕਿਤੇ ਵੱਧ ਖੂਬਸੂਰਤ ਹੈ। ਇਸ ਲਈ ਮੈਂ ਤੇਰੇ ਨਾਲ ਜੁੜਿਆ। ਤੇਰੇ ਤੋਂ ਵੱਡਾ ਖੂਬਸੂਰਤ ਕੋਈ ਨਹੀਂ, ਤੇਰੇ ਤੋਂ ਵੱਡਾ ਪਰਵਤਗਾਰ ਕੋਈ ਨਹੀਂ, ਤੇਰੇ ਤੋਂ ਵੱਡਾ ਸਮਝਦਾਰ ਮਾਲਕ ਅਤੇ ਸਿਆਣਪਾਂ ਦਾ ਕੋਈ ਖਜ਼ਾਨਾ ਨਹੀਂ। ਮੈਂ ਕਿਸੇ ਹੋਰ ਦਰਦਾਰ ਦਾ ਮੰਗਤਾ ਕਿਉਂ ਬਣਾਂ? ਇਸ ਲਈ ਹੈ ਮੇਰੇ ਮਾਲਕ, ਮੈਂ ਐਵੇਂ ਡਰੀ ਜਾਂਦਾ ਜੇ ਫਲਾਣੇ ਦੇਵਤੇ ਨੂੰ ਨਾ ਪੂਜਿਆ ਲਕਸ਼ਮੀ ਨਹੀਂ ਮਿਲਣੀ, ਫਲਾਣੇ ਨੂੰ ਨਾ ਪੂਜਿਆ ਵਿੱਦਿਆ ਨਹੀਂ ਆਉਣੀ। ਮੈਂ ਇੱਕ ਇੱਕ ਕੋਲੋਂ ਡਰੀ ਜਾਂਦਾ, ਤੂੰ ਮੇਰੇ 'ਤੇ ਰਹਿਮਤ ਕਰ। ਮੈਂ ਅੱਜ ਤੇਰੇ ਕੋਲੋਂ ਮੰਗਣਾ ਕਿ ਮੈਨੂੰ ਸਭ ਪਾਸੋਂ ਨਿਰਭੈ ਕਰਕੇ ਕੇਵਲ ਆਪਣੇ ਨਾਲ ਜੋੜ ਲੈ। ਮੈਨੂੰ ਕਿਸੇ ਚੀਜ਼ ਦੀ ਲੋੜ ਵੀ ਹੋਵੇ, ਮੈਂ ਕੇਵਲ ਅਤੇ ਕੇਵਲ ਤੇਰੇ ਦਰ ਦਾ ਮੰਗਤਾ ਬਣਾ। ਇਹੋ ਗੱਲ ਬਾਬਾ ਕਬੀਰ ਜੀ ਨੇ ਆਖਰੀ ਲਾਈਨ ਕਹੀ ਅਤੇ ਕਹਿਣ ਲੱਗੀ, ਸ਼ਬਦ ਵਿੱਚ ਆਖਿਆ। ਕਹਿਣ ਲੱਗੇ, ਜਦੋਂ ਮੈਂ ਜਬ ਹਮ ਇੱਕੋ ਇੱਕ ਕਰ ਜਾਂਦੇ ਹਾਂ ਤਬ ਲੋਕ ਕਾਹੇ ਦੁੱਖ ਮੰਨੇ। ਮੈਂ ਤਾਂ ਇੱਕ ਰਾਮ ਨੂੰ ਇੱਕ ਰੱਬ ਨੂੰ ਪਛਾਣਿਆ। ਮੈਂ ਵੱਖਰੇ ਵੱਖਰੇ ਕਰੋੜਾਂ ਕ੍ਰਿਸ਼ਨ ਰਾਮ ਭਗਵਾਨ ਅਤੇ ਦੇਵੀ ਦੇਵਤਿਆਂ ਦਾ ਉਪਾਸ਼ਕ ਨਹੀਂ। ਹਾਂ, ਸਭ ਨਾਲ ਆਏ ਚਲੇ ਗਏ, ਅਵਤਾਰ ਸਨ, ਅਵਤਾਰ ਆਉਂਦਾ ਚਲਾ ਜਾਂਦਾ, ਰੱਬ ਆਉਂਦਾ ਜਾਂਦਾ ਨਹੀਂ, ਉਹ ਆਉਂਦਾ ਜਾਂਦਾ ਨਹੀਂ, ਉਹ ਹਮੇਸ਼ਾ ਰਹਿੰਦਾ। ਆਵੇ ਨਾ ਜਾਵੇ ਸੰਗੇ ਸਮਾਵੇ, ਉਹ ਅਬਨਾਸ਼ੀ ਰਾਜਾ ਨਿਰਭਉ ਸੰਗ ਤੁਮਾਰੇ ਬਸਤੇ, ਇਹ ਡਰਨ ਕਹਾਂ ਤੇ ਆਇਆ। ਸੋ ਗੁਰੂ ਬਖਸ਼ਿਸ਼ ਕਰੇ
ਸਾਡੀ ਸ਼ਰਧਾ ਵਿਸ਼ਵਾਸ ਬਾਬਾ ਕਬੀਰ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਹੀਂ ਮਿਲੀ ਹੋਈ ਸਿੱਖਿਆ 'ਤੇ ਸਾਨੂੰ ਵਿਸ਼ਵਾਸ ਹੋਵੇ ਅਤੇ ਅਸੀਂ ਇੱਕ ਅਕਾਲ ਪੁਰਖ ਦੇ ਪੁਜਾਰੀ ਬਣੀਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿੱਖਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ ਅਨੰਦ।